My father name is Bhagwan Singh. My mother name is Pratibha Kaur. I am 12 years old. My aim is dance choreographer. And my hobbies is study dancing. ਮੈਨੂੰ ਡਾਂਸ ਕਰਨਾ ਬਹੁਤ ਪਸੰਦ ਹੈ। ਮੈਨੂੰ ਬਚਪਨ ਤੋਂ ਹੀ ਡਾਂਸ ਦੇ ਵਿੱਚ ਬਹੁਤ ਇੰਟਰਸਟ ਹੈ। ਜੇਕਰ ਕਿਸੇ ਦੀ ਵਿਆਹ ਸ਼ਾਦੀ ਆਉਂਦੀ ਹੈ ਤਾਂ ਮੈਨੂੰ ਡਾਂਸ ਕਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ। ਇਸ ਕਰਕੇ ਮੇਰਾ ਡਾਂਸ ਸਭ ਤੋਂ ਫੇਵਰੇਟ ਹੈ ਅਤੇ ਮੈਨੂੰ ਇਹ ਲੱਗਦਾ ਕਿ ਜੇਕਰ ਮੈਨੂੰ ਕੋਈ ਰੁਜ਼ਗਾਰ ਮਿਲ ਸਕਦਾ ਵੀਡੀਓ ਕਿ ਮੈਨੂੰ ਨੌਕਰੀ ਮਿਲ ਸਕਦੀ ਹੈ ਤਾਂ ਉਹ ਡਾਂਸ ਦੇ ਤਹਿਤ ਹੀ ਹੈ। In important looking, well, I think it is simply stupid having a king none of us have ever seen. Why he might be a Chinaman or an African man for all we know, who is tall and slim, looking up from the book on her knee. Don't be silly. Who is short and fat, very fat, looking up from the hand mirror she has taken out of her bag. You should not call be prime minister silly. It's not respectfully. Why not? If he is silly, it don't matter how silly is if he is the prime minister rising. Main school de function de vich vi participate kita hai. Ek vaar sare school de vich 26 ਜਨਵਰੀ ਦਾ ਸੀਗਾ ਫੰਕਸ਼ਨ, ਮੈਂ ਉਸਦੇ ਵਿੱਚ ਵੀ ਭਾਗ ਲਿਆ ਸੀਗਾ। ਉਸਦੇ ਵਿੱਚ ਅਸੀਂ ਦੇਸ਼ ਰੰਗੀਲਾ ਦੇ ਵਿੱਚ ਭਾਗ ਲਿਆ ਸੀਗਾ ਅਤੇ ਜਿਵੇਂ ਹੋਰ ਵੀ ਸਾਡੇ ਸਕੂਲ ਦੇ ਵਿੱਚ ਫੰਕਸ਼ਨ ਹੁੰਦੇ ਨੇ ਉਹਨਾਂ ਵਿੱਚ ਵੀ ਮੈਂ ਬਹੁਤ ਹੀ ਜ਼ਿਆਦਾ ਇਨਾਮ ਦਿੱਤੇ ਨੇਗੇ। We'll be right back.
ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਕੂਲ ਦੀ ਇੱਕ ਬਹੁਤ ਹੀ ਹੋਣਹਾਰ ਵਿਦਿਆਰਥਣ ਗੁਰਮਨਪ੍ਰੀਤ ਕੌਰ, ਜੋ ਕਿ 9ਵੀਂ ਕਲਾਸ ਦੀ ਵਿਦਿਆਰਥਣ ਹੈ, ਬਹੁਤ ਹੀ ਟੈਲੈਂਟਡ, ਬਹੁਤ ਹੀ ਪ੍ਰਤਿਭਾਸ਼ਾਲੀ ਵਿਦਿਆਰਥਣ। ਐਂਡ ਤੁਸੀਂ ਜਾਣਦੇ ਹੋਗੇ ਕਿ ਉਸ ਗੁੜੀਆਂ ਨੇ ਕੁਝ ਸਮਾਂ ਪਹਿਲਾਂ ਕਿਸੇ ਸ਼ੋਅ ਦੇ ਵਿੱਚ ਪਾਰਟੀਸਪੇਟ ਕੀਤਾ ਸੀ, ਆਡੀਸ਼ਨ ਦਿੱਤਾ ਸੀ, ਅਤੇ ਉੱਥੇ ਉਹਨਾਂ ਦੇ ਜਿਹੜੇ ਡਾਂਸ ਮੂਵ ਸੀ ਉਹ ਜੱਜਿਸ ਨੂੰ ਇੰਨੇ ਪਸੰਦ ਆਏ ਕਿ ਉਹਨਾਂ ਨੇ ਉਹਨੂੰ ਸਿਲੈਕਟ ਕੀਤਾ, ਅਤੇ ਆਪਣੀ ਮਿਹਨਤ ਦੇ ਸਦਕਾ ਅਤੇ ਲਗਾਤਾਰ ਅਭਿਆਸ ਦੇ ਸਦਕਾ ਅੱਜ ਉਹ ਗੁੜੀਆ KKHD ਸ਼ੋਅ ਦੇ ਵਿੱਚ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਠੀਕ ਹੈ, ਤਾਂ ਇਹ ਸਾਡੇ ਸਕੂਲ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ। ਤਾਂ ਸਾਰੇ ਸਟਾਫ ਵੱਲੋਂ, ਸਤਿਕਾਰਯੋਗ ਹੈੱਡ ਸਰ ਵੱਲੋਂ ਉਸ ਗੁੜੀਆ ਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ, ਸ਼ੁਭਕਾਮਨਾਵਾਂ, ਕੰਗਰੈਚੁਲੇਸ਼ਨ। ਅਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਉਹ ਗੁੜੀਆ KKHD ਫਾਈਨਲ ਵਿੱਚ ਬਹੁਤ ਹੀ ਵਧੀਆ ਪਰਫੋਰਮ ਕਰੇਗੀ ਅਤੇ ਉੱਥੇ ਵਿਨਰ ਹੋਵੇਗੀ। ਇਸ ਤੋਂ ਬਿਨਾਂ ਉਹਦੇ ਬਾਰੇ 'ਚ ਕੁਝ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਕਿ ਤੁਹਾਨੂੰ ਦੱਸ ਹੀ ਦਿੱਤਾ ਕਿ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ, ਹਮੇਸ਼ਾ ਅਵਲ ਆਉਂਦੀ ਹੈ, ਅਤੇ ਜਦੋਂ ਵੀ ਕਿਤੇ ਕੋ ਕਰਿਕੁਲਰ ਐਕਟੀਵਿਟੀਜ਼ ਸਕੂਲ ਵੱਲੋਂ ਕਰਵਾਈਆਂ ਜਾਂਦੀਆਂ ਨੇ ਉਹਦੇ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੀ ਹੈ। ਜਦੋਂ ਵੀ ਕਿਤੇ ਸਾਡੇ ਸਕੂਲ ਵਿੱਚ ਫੰਕਸ਼ਨ ਹੁੰਦਾ ਸੀ ਐਂਡ ਉਹ ਡਾਂਸ ਪਰਫੋਰਮੈਂਸ ਦਿੰਦੀ ਸੀ ਤਾਂ ਉਹਨੂੰ ਦੇਖ ਕੇ ਲੱਗਦਾ ਸੀ ਕਿ ਵਾਕਈ ਇਹਦੇ ਵਿੱਚ ਡਾਂਸ ਦਾ ਟੈਲੈਂਟ ਹੈ। ਉਹਦੇ ਮੂਵਸ ਇੰਨੇ ਸੋਹਣੇ ਹੁੰਦੇ ਸੀ, ਇੰਨੇ ਕਲੀਅਰ ਹੁੰਦੇ ਸੀ ਕਿ ਲੱਗਦਾ ਸੀ ਕਿ ਵਾਕਈ ਇਹ ਕਿਸੇ ਨਾ ਕਿਸੇ ਡਾਂਸ ਕੰਪੀਟੀਸ਼ਨ ਵਿੱਚ ਜਾਵੇਗੀ ਅਤੇ ਉੱਥੇ ਜਾ ਕੇ ਵਿਨਰ ਹੋਵੇਗੀ। ਤਾਂ ਜੋ ਉਹੀ ਗੱਲ ਸੱਚ ਹੋਈ, ਉਹਨੇ ਇੰਨੀ ਮਿਹਨਤ ਕੀਤੀ, ਇੰਨੀ ਲਗਨ ਨਾਲ ਪਾਰਟੀਸਪੇਟ ਕੀਤਾ ਕਿ ਅੱਜ ਉਹ KKHD ਦੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਜੀ। ਤਾਂ ਇੱਕ ਵਾਰ ਫਿਰ ਤੋਂ ਉਹਨਾਂ ਦੇ ਪਰਿਵਾਰ ਨੂੰ, ਸਾਰੇ ਸਟਾਫ ਵੱਲੋਂ ਬਹੁਤ ਬਹੁਤ ਵਧਾਈ। ਮੇਰਾ ਨਾਮ ਜਸਵੰਤ ਸਿੰਘ ਹੈ, ਮੈਂ ਸ਼ਹੀਦ ਪ੍ਰਭਜੀਤ ਸਿੰਘ ਸਰਕਾਰੀ ਹਾਈ ਸਕੂਲ ਹਾਕਮਬਾਗ ਵਿੱਚ ਬਤੌਰ ਇੰਚਾਰਜ ਵਜੋਂ ਕੰਮ ਕਰ ਰਿਹਾ, ਜੋ ਕਿ ਸਾਡੇ ਸਕੂਲ ਦੀ ਇੱਕ ਵਿਦਿਆਰਥਣ ਗੁਰਮਨਪ੍ਰੀਤ ਕੌਰ ਇੱਕ ਸ਼ੋਅ KKHD ਵਿੱਚ ਇਹਨੇ ਭਾਗ ਲਿਆ ਸੀ। ਉਹ ਸਾਡੇ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਣ ਹੈ ਅਤੇ ਉਹ ਸਕੂਲ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੀ ਰਹੀ ਹੈ ਅਤੇ ਜਿਸ ਕਰਕੇ ਉਹਦੀ ਸਿਲੈਕਸ਼ਨ KKHD ਸ਼ੋਅ ਦੇ ਵਿੱਚ ਹੋਈ ਹੈ। ਉਹ ਵਿਦਿਆਰਥਣ ਸਕੂਲ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੀ ਹੈ ਅਤੇ ਜਿਹਦੇ ਵਿੱਚ ਖੇਡਾਂ ਦੇ ਵਿੱਚ, ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ ਅਤੇ ਬਹੁਤ ਹੀ ਉਹਨਾਂ ਨੇ ਆਪਣਾ ਨਾਮਣਾ ਕੱਟਿਆ ਹੈਗਾ। ਗੇਮਾਂ ਦੇ ਵਿੱਚ ਵੀ ਬਹੁਤ ਵਧੀਆ ਹੈਗੀ, ਪਰ ਅਧਿਆਪਕਾਂ ਦਾ ਵੀ ਕਹਿਣਾ ਮੰਨਦੀ ਹੈ, ਬਹੁਤ ਹੀ ਸਿਆਣੀ ਅਤੇ ਸਮਝਦਾਰ ਵਿਦਿਆਰਥਣ ਹੈ। ਤਾਂ ਹਰ ਵਾਰੀ ਕਲਾਸ ਦੇ ਵਿੱਚ ਅਵਲ ਵੀ ਆਉਂਦੀ ਹੈ, ਉਹ KKHD ਦੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਉਹਦੇ ਵਿੱਚ ਜ਼ਰੂਰ ਜਿੱਤ ਕੇ ਆਵੇਗੀ ਅਤੇ ਸਕੂਲ ਦਾ ਨਾਮ ਅਤੇ ਸਾਡੇ ਪਿੰਡ ਦਾ ਨਾਮ ਜ਼ਰੂਰ ਰੋਸ਼ਨ ਕਰੇਗੀ। ਮੈਂ ਦਰਸ਼ਨ ਸਿੰਘ, ਪ੍ਰੈਸ ਸਕੱਤਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਯੂਥ ਕਲੱਬ ਹਾਕਮਵਾਲਾ। ਸੋ ਸਾਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਜੋ ਮੇਰੀ ਭਤੀਜੀ ਹੈਗੀ ਗੁਰਮਨਪ੍ਰੀਤ ਕੌਰ, ਜੋ DD ਪੰਜਾਬੀ ਚੈਨਲ ਹੈ ਉਹਦੇ ਉੱਤੇ ਇੱਕ ਜੋ ਸ਼ੋਅ ਚੱਲਦਾ ਕਿਸਮੇ ਕਿਤਨਾ ਹੈ ਦਮ, ਉਸਦੇ ਵਿੱਚ ਉਹਨੇ ਪਾਰਟੀਸਪੇਟ ਕੀਤਾ ਸੀਗਾ ਅਤੇ ਉਹਦੇ ਵਿੱਚੋਂ ਉਹਨੇ 4 ਰਾਊਂਡ ਕਲੀਅਰ ਕਰਕੇ ਫਾਈਨਲ ਵਿੱਚ ਪਹੁੰਚੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਉਸ ਬੱਚੀ ਨੂੰ ਗੁੱਡ ਵਿਸ਼ਿਸ ਦਿੰਦਾ ਅਤੇ ਨਾਲ ਹੀ ਸਾਨੂੰ ਸਾਰੇ ਪਿੰਡ ਨੂੰ ਜਿੱਥੇ ਮਾਣ ਹੈ, ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਉਹ ਫਾਈਨਲ ਦੇ ਵਿੱਚ ਵੀ ਜਿਹੜਾ ਹੋਰ ਤਰੱਕੀਆਂ ਕਰੇ। ਅਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਵੀ ਜਿਹੜਾ ਇਹ ਬੱਚੀ ਹੈ ਬਹੁਤ ਛੋਟੇ ਪਰਿਵਾਰ 'ਚੋਂ, ਗਰੀਬ ਪਰਿਵਾਰ 'ਚੋਂ ਉੱਠ ਕੇ ਇੰਨਾ ਵਧੀਆ ਨਾਮ ਕਮਾ ਰਹੀ ਹੈ,
ਜਿੱਥੇ ਇਹ ਇਸ ਖੇਤਰ ਦੇ ਵਿੱਚ ਜਿਵੇਂ ਡਾਂਸਿੰਗ ਕੰਪੀਟੀਸ਼ਨ ਦੇ ਵਿੱਚ ਇਹਨੇ ਬਹੁਤ ਵੱਡਾ ਕੰਮ ਕੀਤਾ, ਇਹ ਫਾਈਨਲ ਦੇ ਵਿੱਚ ਆਈ ਹੈ, ਉੱਥੇ ਪੜ੍ਹਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਗੇ ਵਧੀਆ ਹੈ, ਅਤੇ ਨਾਲ ਹੀ ਇਹਨਾਂ ਦੇ ਜੋ ਪਿਤਾ ਨੇ ਭਗਵਾਨ ਸਿੰਘ ਜੀ ਉਹ ਇੱਕ ਵਾਤਾਵਰਨ ਪ੍ਰੇਮੀ ਨੇ। ਮੈਂ ਦੇਖਿਆ ਕਿ ਹਮੇਸ਼ਾ ਜਦੋਂ ਵੀ ਉਹ ਦਰਖਤਾਂ ਦੇ ਵਿੱਚ ਪਾਣੀ ਪਾਉਂਦੇ ਆ ਜਾਂ ਹੋਰ ਕੰਮ ਕਰਦੇ ਆ ਸਮਾਜ ਸੇਵਾ ਦੇ, ਆਲ੍ਹਣੇ ਲਗਾਉਣੇ ਜਾਂ ਹੋਰ ਕਰਨੇ, ਉੱਥੇ ਵੀ ਗੁਰੂ ਪ੍ਰੀਤ ਉਹਨਾਂ ਦਾ ਨਾਲ ਜਾ ਕੇ ਹੱਥ ਬਣਾਉਂਦੀ ਹੈ ਅਤੇ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਕਰਦੀ ਹੈ, ਨਾਲ ਹੀ ਆਪਣੀ ਮਾਤਾ ਦੇ ਨਾਲ ਘਰ ਦੇ ਕੰਮਾਂ ਦੇ ਵਿੱਚ ਵੀ ਕੰਮ ਕਰਦੀ ਹੈ। ਅਤੇ ਕਿਉਂਕਿ ਸਾਡਾ ਪਰਿਵਾਰਕ ਰਿਲੇਸ਼ਨ ਹੈਗੇ ਤਾਂ ਕਰਕੇ ਹਰ ਵਕਤ ਇਹਨੂੰ ਦੇਖਦੇ ਰਹਿੰਦੇ ਵੀ ਕਿਸ ਤਰ੍ਹਾਂ ਬੱਚੀ ਜਿਹੜੀ ਵੱਡੀ ਪੱਧਰ 'ਤੇ ਯਾਨੀ ਕਿ ਕੰਮ ਕਰਦੀ ਹੈ ਅਤੇ ਸਾਰੇ ਕੰਮਾਂ ਦੇ ਵਿੱਚ ਹੀ ਇਹ ਅੱਗੇ ਚੱਲ ਰਹੀ ਹੈ। ਇੱਥੇ ਖਾਸ ਕਰਕੇ ਇਹ ਜੋ ਗੁਰਮਨਪ੍ਰੀਤ ਕੌਰ ਹੈ ਉਹਨਾਂ ਲੋਕਾਂ ਲਈ ਇੱਕ ਮਿਸਾਲ ਪੈਦਾ ਇਹਨੇ ਕੀਤੀ ਹੈ, ਜਿਹੜੇ ਲੋਕ ਅੱਜ ਵੀ ਧੀਆਂ ਅਤੇ ਪੁੱਤਾਂ ਦੇ ਵਿੱਚ ਫਰਕ ਸਮਝਦੇ ਨੇ ਵੀ ਇੱਕ ਗਰੀਬ ਘਰ ਦੀ ਧੀ ਹੋ ਕੇ ਵੀ ਇਹਨੇ ਜਦੋਂ ਐਡਾ ਵੱਡਾ ਨਾਮ ਚੁੱਕਾ ਤਾ, ਜੋ ਆਮ ਧੀਆਂ ਨੇ ਉਹ ਤਾਂ ਹੋਰ ਵੀ ਜ਼ਿਆਦਾ ਖੇਤਰ 'ਚ ਅੱਗੇ ਵੱਧ ਸਕਦੇ ਨੇ। ਇਸ ਕਰਕੇ ਇਹ ਮੈਸੇਜ ਦੇਣਾ ਜ਼ਰੂਰੀ ਬਣਦਾ ਵੀ ਗੁਰਮਨਪ੍ਰੀਤ ਨੇ ਜਿੱਥੇ ਇੱਕ ਲੜਕੀ ਹੋਣ ਦੇ ਨਾਲ ਨਾਲ ਸਮਾਜ ਸੇਵਾ ਦੇ ਵਿੱਚ, ਕੰਮਾਂ ਦੇ ਵਿੱਚ, ਪੜ੍ਹਾਈ ਦੇ ਖੇਤਰ 'ਚ ਮੱਲਾਂ ਮਾਰੀਆਂ, ਉੱਥੇ ਦੇਖੋ ਡੀਡੀ ਪੰਜਾਬੀ ਵੱਡੇ ਪੜ੍ਹ ਕੇ ਵੱਡੇ ਚੈਨਲ 'ਤੇ ਜਾ ਕੇ ਵੀ ਇਹਨਾਂ ਨੇ ਵੱਡਾ ਨਾਂ ਚੁੱਕਾ, ਸੋ ਸਾਨੂੰ ਸਾਰਿਆਂ ਨੂੰ ਮਾਣ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਸ਼ਾਨ ਸਿੰਘ, ਸਾਇੰਸ ਮਾਸਟਰ ਸ਼ਹੀਦ ਪਰਮਜੀਤ ਸਿੰਘ ਸਰਕਾਰੀ ਹਾਈ ਸਕੂਲ ਹਾਕਮਵਾਲਾ। ਸਾਡੇ ਸਕੂਲ ਦੀ ਇੱਕ ਵਿਦਿਆਰਥਣ ਗੁਰਮਨਪ੍ਰੀਤ ਕੌਰ, ਜੋ ਕਿ 9ਵੀਂ ਜਮਾਤ ਦੀ ਵਿਦਿਆਰਥਣ ਹੈ, ਉਸਨੇ ਜੋ ਡੀਡੀ ਪੰਜਾਬੀ 'ਤੇ ਚੱਲਣ ਵਾਲਾ ਜੋ ਸ਼ੋਅ ਹੈ KKHD ਕਿਸਮੇ ਕਿਤਨਾ ਹੈ ਦਮ, ਉਹਦੇ ਵਿੱਚ ਪਾਰਟੀਸਪੇਟ ਕੀਤਾ ਅਤੇ ਉਹਦੇ ਵਿੱਚ ਉਸਨੇ ਪਹਿਲੇ 4 ਰਾਊਂਡ ਕਲੀਅਰ ਕਰਕੇ ਉਹ ਫਾਈਨਲ ਵਿੱਚ ਪਹੁੰਚੀ ਹੈ। ਤਾਂ ਸਾਰੇ ਸਟਾਫ ਨੂੰ ਸਾਡੇ ਅਤੇ ਸਾਡੇ ਸਤਿਕਾਰਯੋਗ ਹੈੱਡ ਮਾਸਟਰ ਜੀ ਨੂੰ ਉਹਨਾਂ ਉੱਪਰ ਬਹੁਤ ਮਾਣ ਹੈ। ਤਾਂ ਅਸੀਂ ਉਸ ਗੁੜੀਆ ਨੂੰ ਅਤੇ ਉਸਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਅਤੇ ਇਹ ਸ਼ੁਭੇਚਛਾਵਾਂ ਦਿੰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਉਹ KKHD ਫਾਈਨਲ ਵੀ ਜਿੱਤੇਗੀ ਅਤੇ ਉੱਥੋਂ ਵਿਨਰ ਹੋਵੇਗੀ। ਇਸ ਤੋਂ ਬਿਨਾਂ ਮੈਂ ਇਸ ਗੁੜੀਆ ਬਾਰੇ ਥੋੜ੍ਹਾ ਦੱਸਣਾ ਚਾਹੁੰਦਾ ਹਾਂ ਕਿ ਇਹ ਗੁੜੀਆ ਬਹੁਤ ਹੀ ਟੈਲੈਂਟਡ, ਬਹੁਤ ਹੀ ਪ੍ਰਤਿਭਾਸ਼ਾਲੀ ਹੈ। ਸਕੂਲ ਦੇ ਵਿੱਚ ਜੋ ਵੀ ਕਰੀਕੁਲਰ ਐਕਟੀਵਿਟੀਜ਼ ਹੁੰਦੀਆਂ ਨੇ, ਚਾਹੇ ਉਹ ਖੇਡਾਂ ਹੋਣ ਜਾਂ ਡਾਂਸ ਕੰਪੀਟੀਸ਼ਨ ਹੋਵੇ ਜਾਂ ਕੋਈ ਹੋਰ ਭਾਸ਼ਣ ਪ੍ਰਤੀਯੋਗਤਾ ਹੋਵੇ, ਉਹਦੇ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੀ ਹੈ। ਅਤੇ ਜਦੋਂ ਵੀ ਇਹ ਕਦੇ ਡਾਂਸ ਕੰਪੀਟੀਸ਼ਨ ਵਿੱਚ ਭਾਗ ਲੈਂਦੀ ਸੀ ਤਾਂ ਇਸ ਨੂੰ ਦੇਖ ਕੇ ਲੱਗਦਾ ਸੀ ਕਿ ਵਾਕਈ ਇਹਦੇ ਵਿੱਚ ਡਾਂਸ ਦਾ ਬਹੁਤ ਟੈਲੈਂਟ ਹੈ, ਇਹਦੇ ਮੂਵਸ ਇੰਨੇ ਅੱਛੇ ਹੁੰਦੇ ਸੀ। ਤਾਂ ਉਹੀ ਗੱਲ ਬਿਲਕੁਲ ਸੱਚ ਸਾਬਿਤ ਹੋਈ ਕਿ ਇਸਨੇ ਇੰਨੀ ਮਿਹਨਤ ਕੀਤੀ, ਇੰਨੇ ਲਗਨ ਨਾਲ ਆਪਣੇ ਆਪ ਨੂੰ ਨਿਖਾਰਿਆ ਕਿ ਅੱਜ ਇਸਨੇ KKHD ਦੇ ਪਹਿਲੇ 4 ਰਾਊਂਡ ਜਿੱਤੇ ਹਨ, ਕਲੀਅਰ ਕੀਤੇ ਹਨ ਅਤੇ ਹੁਣ ਇਹ ਫਾਈਨਲ ਵਿੱਚ ਪਹੁੰਚੀ ਹੈ। ਤਾਂ ਮੈਂ ਇੱਕ ਵਾਰ ਫਿਰ ਤੋਂ ਸਾਡੇ ਸਕੂਲ ਦੇ ਹੈੱਡ ਮਾਸਟਰ ਜੀ ਵੱਲੋਂ, ਸਾਰੇ ਸਟਾਫ ਵੱਲੋਂ ਇਸ ਗੁੜੀਆ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ KKHD ਫਾਈਨਲ ਵੀ ਜ਼ਰੂਰ ਜਿੱਤੇਗੀ। ਧੰਨਵਾਦ। ਸੋ ਨਾਓ ਇਨ ਟੂ ਡੇਜ਼ ਲੈਕਚਰ ਵੀ ਵਿਲ ਡਿਸਕਸ ਵਾਟ ਇਜ਼ ਨਾਓ ਐਂਡ ਵਾਟਸ ਦ ਟਾਈਪ ਆਫ ਦ ਨਾਓ। So in today's lecture, we were discussing about the noun and its types. First of all, we will discuss what is noun. Noun is a name of any person, place and thing. Means thing's name, person's name and place's name. So after that, we will discuss about the types of the noun. First is common noun. Second is a proper noun. Third is abstract noun. Fourth is collective noun. Fifth is a material noun. So first of all, we will talk about the common noun. What is common noun? Common noun is that noun which is used for the common things, person and places noun. Okay, first chair is a common noun, table is a common noun, common noun and a proper noun. Second is a proper noun. Proper noun is that noun which is used for the proper things, proper persons and proper places name. My name is Vishen, it means it's my proper name. Why? Because we use the proper names for the proper things.
Okay, so like the Amritsar. Amritsar is a proper noun and Delhi is also a proper noun. Okay, next we will discuss about material noun. Material noun is that noun which is used for the metals like the gold, like the iron. Okay, it is a material noun. Next one is abstract noun. ਮੈਂ ਫ੍ਰੀ ਟਾਈਮ ਦੇ ਵਿੱਚ ਡਾਂਸਿੰਗ ਕਰਦੀ ਹਾਂ ਟੀ ਵੀ ਦੇ ਉੱਤੇ ਸੌਂਗ ਲਾ ਕੇ ਅਤੇ ਮੈਨੂੰ ਫ੍ਰੀ ਟਾਈਮ ਦੇ ਵਿੱਚ ਸਟੱਡੀ ਕਰਨਾ ਵੀ ਬਹੁਤ ਇੰਟਰਸਟਿੰਗ ਲੱਗਦਾ ਹੈ ਮੇਰਾ ਫੇਵਰੇਟ ਸਬਜੈਕਟ ਸਾਇੰਸ ਅਤੇ ਮੈਥ ਹੈ ਸਿੰਘ ਗੁਰਪ੍ਰੀਤ ਕੌਰ ਦਾ ਪਿਤਾ ਸੋ ਮੇਰੇ ਵਿੱਚ ਇੱਕ ਟੀ ਵੀ ਸ਼ੋਅ ਕੇ ਕੇ ਐੱਚ ਡੀ ਦੇ ਵਿੱਚ ਭਾਗ ਲਿਆ ਹੈ ਇਹਨਾਂ ਨੇ ਇਹ ਹੁਣ ਕੇ ਕੇ ਐੱਚ ਡੀ ਗ੍ਰੈਂਡ ਫਿਨਾਲੇ ਦੇ ਵਿੱਚ ਪਹੁੰਚੀ ਹੈ ਸੋ ਮੈਨੂੰ ਉਮੀਦ ਹੈ ਕਿ ਮੇਰੀ ਬੱਚੀ ਪੜ੍ਹਨ ਦੇ ਵਿੱਚ ਲਿਖਣ ਦੇ ਵਿੱਚ ਹਰੇਕ ਐਕਟੀਵਿਟੀ ਦੇ ਵਿੱਚ ਧਾਰਮਿਕ ਐਕਟੀਵਿਟੀ ਹੋਵੇ ਚਾਹੇ ਉਹ ਵਾਤਾਵਰਨ ਦੇ ਪ੍ਰਤੀ ਐਕਟੀਵਿਟੀ ਹੋਵੇ ਸੋ ਬਹੁਤ ਹੀ ਹਿੱਸਾ ਲੈਂਦੀ ਹੈ ਬਹੁਤ ਹੀ ਹੁਸ਼ਿਆਰ ਹੈ ਸੋ ਮੈਨੂੰ ਉਮੀਦ ਹੈ ਕਿ ਮੇਰੀ ਬੱਚੀ ਇਹ ਫਾਈਨਲ ਰਾਊਂਡ ਦੇ ਵਿੱਚ ਪਹੁੰਚੀਏ ਜਿੱਤ ਕੇ ਘਰ ਪਹੁੰਚੇਗੀ ਮੇਰਾ ਅਤੇ ਮੇਰੇ ਇਲਾਕੇ ਦਾ ਨਾਮ ਰੋਸ਼ਨ ਕਰੇਗੀ ਮੈਂ ਧੰਨਵਾਦੀ ਹਾਂ ਕੇ ਕੇ ਐੱਚ ਡੀ ਦੀ ਸਾਰੀ ਹੀ ਟੀਮ ਦਾ ਜੋ ਕਿ ਅੱਜ ਸਵੇਰੇ ਤੋਂ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ੍ਰੀ ਅਕਾਲ, ਮੈਂ ਗੁਰਮਪ੍ਰੀਤ ਦਾ ਚਾਚਾ ਬੋਲਦਾ। KKHD ਦਾ ਆਉਣ ਲਈ ਮੈਂ ਬਹੁਤ ਧੰਨਵਾਦ ਹਾਂ। ਅਤੇ ਇਹ ਆਪਣੇ ਪਿੰਡ ਆਏ ਨੇ ਹਾਕਮਾਲਾ, ਅਤੇ ਜ਼ਿਲ੍ਹਾ ਮਾਨਸਾ, ਪਿੰਡ ਹਾਕਮਾਲਾ ਅਤੇ ਬੋਹਾ ਦੇ ਲਾਗੇ ਆ। ਅਤੇ ਗੁਰਮਪ੍ਰੀਤ ਬਹੁਤ ਹੀ ਹੁਸ਼ਿਆਰ ਲੜਕੀ ਆ, ਅਤੇ ਇਹ ਡਾਂਸ ਦੇ ਵਿੱਚ ਭਾਗ ਲਿਆ। ਉਮੀਦ ਹੋਵੇ ਵੀ ਇਹ ਅੱਗੇ ਨਾਲੋਂ ਵੀ ਅੱਗੇ ਵਧੇ। ਪੜ੍ਹਾਈ ਲਿਖਾਈ ਦੇ ਵਿੱਚ ਬਹੁਤ ਹੁਸ਼ਿਆਰ ਹੈ, ਇਹ ਪੜ੍ਹਾਈ ਲਿਖਾਈ ਦਾ ਕੰਮ ਕਰਨ ਤੋਂ ਬਾਅਦ ਹੀ ਡਾਂਸ ਕਰਦੀ ਆ। ਪਹਿਲਾਂ ਪੜ੍ਹਾਈ ਦਾ ਕੰਮ ਕਰਦੀ ਆ, ਅਤੇ ਬਾਅਦ ਵਿੱਚ ਇਹ ਡਾਂਸ ਕਰਦੀ ਆ, ਅਤੇ ਘਰ ਦੇ ਕੰਮ ਵੀ ਕਰਦੀ ਆ। ਅਤੇ ਛੋਟੀ ਜਿਹੀ ਹੁੰਦੀ ਸੀ, ਅਤੇ ਜਦੋਂ ਵੀ ਮਿਲਦੀ ਤਾਂ ਚਾਚਾ ਜੀ ਕਹਿ ਕੇ ਬੁਲਾਉਂਦੇ, ਸਾਡਾ ਮਨ ਖੁਸ਼ ਹੋ ਜਾਂਦਾ। ਸਕੂਲ ਵਿੱਚ ਜਾਂਦੇ ਚਾਚਾ ਜੀ ਕਹਿੰਦੀ, ਅਤੇ ਸਾਰਿਆਂ ਤੋਂ ਹੁਸ਼ਿਆਰ ਲੜਕੀ ਹੈ, ਵਧੀਆ ਜੀ, ਇੰਟੈਲੀਜੈਂਟ ਵੀ ਹੈ ਜੀ। ਜਦੋਂ ਇਹ ਫ੍ਰੀ ਹੁੰਦੀ ਆ, ਮਤਲਬ ਖੇਡਦੀ ਵੀ ਆ, ਅਤੇ ਖੇਡਣ ਤੋਂ ਬਾਅਦ ਇਹ ਨਾ ਰਾਤ ਨੂੰ ਜਲਦੀ ਨਹੀਂ ਕਿਤੇ ਹੀ ਆ ਜਾਂਦੀ ਹੈ, ਵਾਪਸੀ ਆ ਜਾਂਦੀ ਆ, ਤੁਹਾਨੂੰ ਡਰ ਨਹੀਂ ਹੈਗਾ ਇਹਦੇ। ਅਤੇ ਨਾਲ ਨਾਲ ਇਹ ਸਾਨੂੰ ਪਹਿਲਾਂ ਲੱਗਿਆ ਸੀ ਵੀ ਇਹ ਡਾਂਸ ਕਰਦੀ ਆ, ਸਾਨੂੰ ਉਪਰਾ ਲੱਗਿਆ, ਪਰ ਹੁਣ ਸਾਨੂੰ ਬਹੁਤ ਖੁਸ਼ੀ ਆ ਵੀ ਇਹ ਭਾਗ ਲਿੱਤਾ ਗਾ। ਹੁਣ ਇਹ KKHD ਦੇ ਫਾਈਨਲ ਵਿੱਚ ਪਹੁੰਚ ਚੁੱਕੀ ਆ, ਅਤੇ ਸਾਨੂੰ ਬਹੁਤ ਖੁਸ਼ੀ ਆ। ਆਪ ਵੀ ਇਹ ਧੰਨਵਾਦ ਕਰਦਾ ਜੀ। ਉਮੀਦ ਕਰਦੇ ਹਾਂ ਵੀ ਗੁਰਮਨਪ੍ਰੀਤ ਜਿੱਤ ਕੇ ਆਊਗੀ, ਸਾਡਾ ਮਾਨਸਾ ਜ਼ਿਲ੍ਹਾ ਅਤੇ ਹਾਕਮਾਲਾ ਪਿੰਡ ਦਾ ਨਾਂ ਉੱਚਾ ਕਰੇਗੀ। ਕਿਉਂਕਿ ਮੇਰੇ ਲਾਡੇ ਵਾਲੀ ਇੰਨਾ ਜੋ ਕਹਿੰਦੇ, ਮੈਂ ਅੱਜ ਤੱਕ ਬਹੁਤ ਕਹਿੰਦੇ ਵੀ ਕਰਦੀ ਰਹੀ, ਗੁਰਮੁਖ ਤੂੰ ਆ ਨਾ ਕਰ, ਪਰ ਮੈਨੂੰ ਲੱਗਦਾ ਮੇਰੀ ਮਿਹਤੀ ਬਹੁਤ ਸਿਆਣੀ ਅਤੇ ਬਹੁਤ ਸਮਝਦਾਰ ਆ। ਪਹਿਲਾਂ ਸਾਰਾ ਕਹਿੰਦੇ, ਪਹਿਲਾਂ ਕੰਮ ਨਿਬੇੜਦੀ ਹੈ, ਮੇਰੇ ਨਾਲ ਘਰ ਦੀ ਮਦਦ ਵੀ ਕਰਾਉਂਦੀ ਆ, ਮੇਰੇ ਨਾਲ ਸਾਰੀ ਹੈਲਪ ਕਰਾਉਂਦੀ ਆ ਗੁਰੂ ਘਰ ਵਾਸਤੇ, ਅਤੇ ਕਹਿੰਦੇ ਤਿਆਰ ਖੜੀ ਰਹਿੰਦੀ ਆ ਸਾਰਾ ਕਹਿੰਦੇ ਗੁਰੂ ਘਰ ਦੇ ਆਦਿ ਸਾਫ਼ ਸਫਾਈ ਸਾਰੀ ਮੇਰੇ ਨਾਲ ਕਰਾਉਂਦੀ ਹੈ, ਨਾਲੇ ਕਹਿੰਦੇ ਨੇ ਨਾਲ ਨਾਲ ਸਾਰੇ ਕਸਰਤ ਖਿਆਲ ਰੱਖਦੇ ਆ ਜੀ। ਤਾਂ ਮੈਨੂੰ ਆਇਆ ਵੀ ਮੇਰੇ ਮਾਲਕ ਦੇ ਬਹੁਤ ਮਿਹਰ ਹੈ, ਮੇਰੇ ਸੱਚੇ ਸਤਿਗੁਰ ਦੀ, ਅਤੇ ਬਹੁਤ ਉਮੀਦ ਉਹ ਰੱਖਦੀ ਹੈ ਮੇਰੇ ਨਾਲ, ਪੜ੍ਹਾਈ ਲਿਖਾਈ 'ਚ ਬਹੁਤ ਜ਼ਿਆਦਾ ਵਧੀਆ ਜੀ, ਗੇਮਾਂ 'ਚ ਭਾਗ ਲੈਂਦੇ, ਸਾਰੇ ਕਾਸੇ ਦੀ ਨੌਲੇਜ ਆ ਜਾਂਦੀ। ਹੁਣ ਇਹ KKHD ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਜੀ, ਮੈਨੂੰ ਬਹੁਤ ਜ਼ਿਆਦਾ ਉਮੀਦ ਆ ਜੀ ਇਹ ਹੁਣ ਜਿੱਤ ਕੇ ਆਊਗੀ, ਇਹ ਸਾਨੂੰ ਉਮੀਦ ਆ ਜੀ ਇਹ ਜਿੱਤ ਕੇ ਆਊਗੀ, ਸਾਡੇ ਇਲਾਕੇ ਦਾ ਨਾਂ ਰੋਸ਼ਨ ਕਰੂਗੀ। ਬਚਪਨ 'ਤੇ ਕਹਿੰਦੇ ਛੋਟੀ ਜਿਹੀ ਹੁੰਦੀ ਇਹ ਕਹਿੰਦੇ ਨੇ ਸਕੂਲ ਦਾ ਟੀਚਰ ਬਣ ਜਾਂਦੀ ਸੀ, ਇਹ ਬੱਚਿਆਂ ਨੂੰ ਇਹ ਜੀ ਬੱਚਿਆਂ ਨੂੰ ਇਹ ਪੜ੍ਹਾਉਂਦੀ, ਇਹ ਐਸੇ ਜੀ ਇਹ ਐਸੇ ਕਰੋ ਐਸੇ ਕਰੋ ਐਸੇ ਕਰੋ, ਅਤੇ ਇਹ ਕਹਿੰਦੇ ਨੇ ਆਪਣੇ ਆਪ ਬਹੁਤ ਉਹ ਨਿੱਕੀ ਹੁੰਦੀ ਤੂੰ ਬਚਪਨ ਤੋਂ ਇਹਨੂੰ ਕਹਿੰਦੇ ਨੇ ਇਹ ਦੱਸਿਆ ਜੀ ਇਹਨੂੰ ਵੀ ਮੈਂ ਗਾਣਾ ਗਾਵਾਂ, ਬਸ ਗਾਣੇ ਗਾਉਂਦੇ ਰਹਿੰਦੇ ਸੀ ਜੀ, ਕਦੇ ਡਾਂਸ ਕਰ ਲਿਆ ਕਦੇ ਇਹ ਉਹ ਕਰ ਲਿਆ, ਬਸ ਇਹ ਨਿੱਕੀ ਹੁੰਦੀ ਨਿਆਣੇ ਹੁੰਦੀ ਤੂੰ ਹੀ ਰੱਖਦੀ ਸੀ ਜੀ। ਇੱਥੇ ਪਹਿਲਾਂ ਸਾਡੇ ਕੱਚੇ ਘਰ ਹੁੰਦਾ ਸੀ, ਬਸ ਇੱਥੇ ਖੇਡੀ ਜਾਂਦੇ ਸੀ, ਹੁਣ ਤਾਂ ਅਸੀਂ ਇਹ ਕਵਣਾ ਰਿਹਾ
ਪਹਿਲਾਂ ਬਸ ਜੀ ਇੱਥੇ ਖੇਡੀ ਜਾਂਦੇ ਨੇ ਜੀ, ਅਸੀਂ ਕਦੇ ਨੱਚ ਲਈ, ਕਦੇ ਖੇਡ ਲਈ, ਕਦੇ ਕਿਵੇਂ ਕਦੇ ਕਿਵੇਂ, ਕਦੇ ਇੱਧਰੋਂ ਜਾ ਕੇ ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਵੀ ਇਹ ਇੰਨੀ ਹੋ ਗਈ ਜੋ ਸਾਨੂੰ ਚਾਚੀ ਦੇ ਵਿਆਹ ਸੀਗਾ। You to stop, you get into trouble if you are found sitting on the throne. You better get up. Who is handsome? You man with a kind heart. I expect the Prime Minister found the steps harder. Did not you, Your Excellency, very hard, and His Majesty is keeping us waiting. ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਮਨਦੀਪ ਚਾਚੀ ਜੀ ਬੋਲਦੀ ਹਾਂ। ਮੇਰਾ ਨਾਂ ਰਾਜਵੀਰ ਕੌਰ ਹੈ, ਪਿੰਡ ਹਾਕਮ ਵਾਲੇ ਦੇ ਰਹਿਣ ਵਾਲੇ ਹਾਂ। ਸਾਡੀ ਬੱਚੀ ਬਹੁਤ ਸਮਝਦਾਰ ਅਤੇ ਸਿਆਣੀ ਹੈ, ਜੋ ਇਹਨੇ ਹਿੱਸਾ ਲਿੱਤਾ ਹੈ, ਸਾਨੂੰ ਉਹਦੇ ਵਿੱਚ ਬਹੁਤ ਮਾਣ ਹੈ। ਅਸੀਂ ਚਾਹੁੰਦੇ ਹਾਂ ਵੀ ਸਾਡਾ ਬੱਚਾ ਬਹੁਤ ਤਰੱਕੀ ਕਰੇ ਅਤੇ ਸਾਡਾ ਇਲਾਕੇ ਦਾ ਨਾਂ ਰੌਸ਼ਨ ਕਰੇ। ਇਹ 'ਤੇ ਸਾਨੂੰ ਬਹੁਤ ਜ਼ਿਆਦਾ ਮਾਣ ਹੈ ਕਿ HD ਦਾ ਫਾਈਨਲ ਮੈਚ ਜਿੱਤ ਕੇ ਆ ਗਏ। ਗੁਰਮਨਪ੍ਰੀਤ ਬਹੁਤ ਅੱਛੀ ਬੱਚੀ ਹੈ, ਬਹੁਤ ਪਿਆਰੀ ਹੈ, ਸਾਰਿਆਂ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਉਹ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ। ਸਾਰਿਆਂ ਨੂੰ ਅਵਲ ਨੰਬਰ 'ਤੇ, ਪਹਿਲੇ ਨੰਬਰ 'ਤੇ ਆਉਂਦੀ ਹੈ ਅਤੇ ਉਹ ਸ਼ਰਾਰਤੀ ਤਾਂ ਨਹੀਂ ਹੈ ਪਰ ਫਿਰ ਵੀ ਕੋਈ ਨਾ ਕੋਈ ਸ਼ਰਾਰਤ ਜ਼ਰੂਰ ਕਰ ਜਾਂਦੀ ਹੈ। ਉਹਨੇ ਸ਼ਰਾਰਤ ਕੀਤੀ ਸੀ ਜੀ ਕਿਉਂਕਿ ਉਹ ਲੁਕ ਜਾਂਦੀ ਸੀ, ਜਦੋਂ ਲੁਕਦੀ ਹੈ ਨਾ ਉਹ ਬੋਲਦੀ ਨਹੀਂ ਹੈਗੀ, ਚੁੱਪ ਕਰਕੇ ਲੁਕ ਜਾਂਦੀ ਹੈ। ਬਹੁਤ ਸ਼ਰਾਰਤੀ ਬੱਚੀ, ਇੱਥੇ ਆਉਂਦੀ ਵੀ ਨਹੀਂ ਹੈਗੀ, ਫਿਰ ਬਹੁਤ ਹੁਸ਼ਿਆਰ ਹੈ,
ਕੰਪੀਟੀਸ਼ਨ ਵਿੱਚ ਵੀ ਭਾਗ ਲੈਂਦੀ ਹੈਗੀ ਅਤੇ ਗਿੱਧੇ ਵਿੱਚ ਵੀ ਬਹੁਤ ਵਧੀਆ ਗੀ, ਬੋਲੀਆਂ ਬਹੁਤ ਆਉਂਦੀਆਂ ਨੇ ਉਹਨੂੰ ਅਤੇ ਨੱਚਣ ਗਾਉਣ 'ਚ ਵੀ ਮਸ਼ਹੂਰ ਹੈ। ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ, ਸਾਡੇ ਬੱਚੇ ਨੂੰ ਬਹੁਤ ਪਿਆਰ ਦਿਉਂਗੇ, ਬਹੁਤ ਸਤਿਕਾਰ ਦਿਉਂਗੇ। ਉਹ KKHD ਦੇ ਵਿੱਚ ਪਹੁੰਚ ਚੁੱਕੀ ਹੈ, ਅਸੀਂ ਉਮੀਦ ਕਰਦੇ ਹਾਂ ਕਿ ਉਹ ਜਿੱਤ ਕੇ ਆਊਗੀ ਜੀ, ਸਾਡੇ ਇਲਾਕੇ ਦਾ ਨਾਂ ਰੋਸ਼ਨ ਕਰੂਗੀ। ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਉਂਦਾ, ਫਾਈਨਲ ਤੱਕ ਲੈ ਕੇ ਆਉਂਦਾ। ਅਤੇ ਮੈਂ ਆਪਣੇ ਮੰਮੀ ਪਾਪਾ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੇ ਜੇਕਰ ਉਹ ਨਾ ਹੁੰਦੇ ਤਾਂ ਮੈਂ ਉਰੇ ਨਾ ਹੁੰਦੀ, ਫਾਈਨਲ ਤੱਕ ਨਾ ਹੁੰਦੀ। ਉਹਨਾਂ ਨੇ ਮੇਰੀ ਉਂਗਲੀ ਫੜ ਕੇ ਮੈਨੂੰ ਤੁਰਨਾ ਸਿਖਾਇਆ, ਮੈਨੂੰ ਸਹੀ ਸੇਧ ਦਿੱਤੀ ਅਤੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਤੂੰ ਕਰ ਪਾਏਂਗੀ। ਤਾਂ ਮੈਂ ਉਹਨਾਂ ਦੇ ਹੀ ਤਹਿਤ ਇੱਥੇ ਹਾਂ। ਮੈਨੂੰ ਪੜ੍ਹਾਈ ਕਰਨਾ ਵੀ ਬਹੁਤ ਪਸੰਦ ਹੈ, ਮੈਨੂੰ ਖੇਡਣ ਦੇ ਵਿੱਚ ਖੋ ਖੋ ਬਹੁਤ ਵਧੀਆ ਲੱਗਦੀ ਹੈ। ਅਤੇ ਮੇਰਾ ਫਸਟ ਰਾਊਂਡ ਹੋਇਆ ਸੀ ਬੁਢਲਾਡੇ ਹਿੱਤ ਅਭਿਲਾਸ਼ੀ ਸਕੂਲ ਦੇ ਵਿੱਚ, ਅਤੇ ਮੇਰਾ ਸੈਕਿੰਡ ਰਾਊਂਡ ਹੋਇਆ ਸੀ PK ਸਰਵਿਤਕਾਰੀ ਵਿੱਦਿਆ ਮੰਦਰ ਦੇ ਵਿੱਚ, ਮੇਰਾ ਥਰਡ ਰਾਊਂਡ ਹੋਇਆ ਸੀ ਤਾਰਾ ਚੰਦ ਵਿੱਦਿਆ ਸਾਗਰ ਦੇ ਵਿੱਚ, ਅਤੇ ਮੇਰਾ ਫੋਰਥ ਰਾਊਂਡ ਵੀ PK ਹੀ ਹੋਇਆ ਸੀਗਾ। ਅਤੇ ਮੈਨੂੰ ਉਮੀਦ ਹੈ ਕਿ ਮੈਂ ਹੁਣ ਫਾਈਨਲ ਦੇ ਵਿੱਚ ਪਹੁੰਚ ਹੀ ਚੁੱਕੀ ਹਾਂ ਕਿ ਮੈਂ ਹੁਣ ਜਿੱਤ ਕੇ ਆਵਾਂਗੀ। ਮੈਂ ਆਪਣੇ ਮਾਤਾ ਪਿਤਾ, ਆਪਣੇ ਪਰਿਵਾਰ, ਪਿੰਡ ਸ਼ਹਿਰ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ, ਅਤੇ ਮੇਰੇ ਵੱਲੋਂ ਇੱਕ ਵਾਰ ਹੋਰ KKHD ਦੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ। ਤਾਂ ਮੈਂ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਤਿਕਾਰ ਕਰਦੀ ਹਾਂ। ਧੰਨਵਾਦ।
ਹੈ ਕਿ ਮੈਂ ਹੁਣ ਫਿਰ ਇੱਕ ਵਾਰ ਇਨਾਮ ਜਿੱਤ ਪਾਵਾਂ ਕੇ ਕੇ ਐਚ ਡੀ ਦੇ ਫਾਈਨਲ ਦੇ ਵਿੱਚ ਜਾ ਕੇ। ਤਾਂ ਮੈਨੂੰ ਬਹੁਤ ਬਹੁਤ ਧੰਨਵਾਦ ਹੈ ਕੇ ਕੇ ਐਚ ਡੀ ਦੀ ਟੀਮ ਦਾ।